ਆਰ ਦੀ ਗ੍ਰਿਫਤਾਰੀਆਂ ਦੀ ਖਬਰ سامنے ਆ ਰਹੀ ਹੈ ਇਸ ਵਿਚਕਾਰ ਬਾਪੂ ਬਲਕੌਰ ਸਿੰਘ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਦਾ ਭਾਵੁਕ ਬਿਆਨ سامنے ਆਇਆ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਦਾਤੇ ਲਗਾ ਦਿੱਤੀ ਹੈ ਮੇਰੇ ਪੁੱਤ ਦੇ ਕਤਲ ਦਾ ਮੈਨੂੰ ਇਨਸਾਫ ਜ਼ਰੂਰ ਮਿਲੇ ਉਹਨਾਂ ਨੇ ਕਿਹਾ ਕਿ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਔਰ ਦੁਆ ਵੀ ਕਰਦਾ ਕਿ ਇਹ ਖਬਰ ਸੱਚੀ ਹੋਏ ਕਿਉਂਕਿ ਜੇ ਇਸ ਤੇ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ ਉਹ ਚਾਹੁੰਦੇ ਨੇ ਕਿ ਜੇਕਰ ਸੱਚੀ ਦੇ ਵਿੱਚ ਗੋਲਡੀ ਬਰਾੜ ਇਸ ਤਰ੍ਹਾਂ ਗ੍ਰਿਫਤਾਰ ਹੋਇਆ ਹੈ ਤੇ ਇਸ ਤੋਂ ਵੱਡੀ ਉਪਲਬਧੀ ਹੋਰ ਕੋਈ ਨਹੀਂ ਹੋਏਗੀ ਮੈਂ ਚਾਹਨਾ ਕਿ ਜਲਦ ਤੋਂ ਜਲਦ ਭਾਰਤ ਸਰਕਾਰ ਅਹਿਮ ਕਦਮ ਚੱਕੇ ਔਰ ਕੈਲੀਫੋਰਨੀਆ ਤੋਂ ਡਿਪੋਰਟ ਕਰਾ ਕੇ ਉਸ ਨੂੰ ਭਾਰਤ ਲੈ ਆਇਆ ਜਾਏ ਔਰ ਲਾਰੈਂਸ ਔਰ ਗੋਲਡੀ ਬਰਾੜ ਨੂੰ ਆਮੋ ਸਾਹਮਣੇ ਬਿਠਾ ਕੇ ਇਸ ਪੂਰੇ ਕਤਲ ਕਾਂਡ ਦੀ ਪੁੱਛਕਿਛ ਹੋਏ ਤਾਂ ਕਿ ਸੱਚ ਸਾਮਨੇ ਆ ਸਕਕੇ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਜ਼ਿੰਦਗੀ ਦੇ ਵਿੱਚ ਉਨਖੋਣ ਲਈ ਕੁਝ ਨਹੀਂ ਜੋ ਵੀ ਸੀਗਾ ਮੇਰਾ ਪੁੱਤ ਹੀ ਸੀਗਾ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਜਲਦ ਤੋਂ ਜਲਦ ਹੁਣ ਇਸ ਦੇ ਪੁੱਤ ਦੇ ਕਤਲ ਦਾ ਇਨਸਾਫ ਮੈਨੂੰ ਮਿਲੇ ਲੋਰੈਂਸ ਤੇ 골ਡੀ ਬੈਰਾਡ ਨੂੰ ਆਮੋ ਸਾਹਮਣੇ ਬਿਠਾ ਕੇ ਇਸ ਕਤਲ ਦੀ ਪੁੱਛਗਿੱਛ ਕੀਤੀ ਜਾਏ ਉਹ ਕਿਉਂ ਕੀਤਾ ਗਿਆ ਮੇਰੇ ਪੁੱਤ ਦਾ ਕਤਲ ਮੇਰੇ ਜਵਾਨ ਪੁੱਤ ਨੂੰ ਮੌਤ ਦੇ ਘਾਟ ਕਿਉ ਉਤਾਰਿਆ ਗਿਆ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਦਾਤੇ ਲਗਾ ਦਿੱਤੀ ਹੈ ਮੈਂ ਸਾਰੀ ਜ਼ਿੰਦਗੀ ਆਪਣੇ ਪੁੱਤ ਦੇ ਕਤਲ ਦੇ ਇਨਸਾਫ ਦੀ ਮੰਗ ਕਰਦਾ ਰਵਾਂਗਾ ਮੈਂ ਚਾਹਨਾ ਕਿ ਜੇਕਰ 골ਡੀ ਬੈਰਾਡ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਹੋਇਆ ਤਾਂ ਏਜੰਸੀਆਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਚੰਡਾ ਦੇ ਵਿੱਚ ਅਪੀਲ ਕਰਨਾ ਚਾਹੁੰਦਾ ਜਿਵੇਂ ਬੋਲ ਸੀ ਬਾਪੂ ਬਲਕੌਰ ਸਿੰਘ ਦੇ ਕਿ ਜਲਦ ਤੋਂ ਜਲਦ ਮੇਰੇ ਪੁੱਤ ਦੇ ਕਤਲ ਦਾ ਇਨਸਾਫ ਮੈਨੂੰ ਮਿਲੇ ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਭਾਰਤ لے ਆਇਆ ਜਾਵੇ ਔਰ ਲੋਰੈਂਸ ਤੇ ਗੋਲਡੀ ਨੂੰ ਬਿਠਾ ਕੇ ਪੁੱਛ ਕੇ ਛੋਵੇ ਜੇਕਰ ਗ੍ਰਿਫਤਾਰੀ ਹੋਈ ਹੈ ਤਾਂ ਬਹੁਤ ਵੱਡੀ ਉਪਲਬਧੀ ਹੋਏਗੀ ਏਜੰਸੀਆਂ ਨੂੰ ਇਹ ਵੀ ਕਿਹਾ ਕੇਂਦਰ ਦੀ ਏਜੰਸੀਆਂ ਨੂੰ ਕਿਹਾ ਕਿ ਜਿੱਥੇ ਮੇਰੀ ਜ਼ਰੂਰਤ ਪਏ ਮੈਨੂੰ ਜ਼ਰੂਰ ਦੱਸੋ ਮੈਂ ਹਾਜ਼ਰ ਹੋਵਾਂਗਾ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕਰਨ ਦੀ ਆਖਿਰ ਹੈ ਕਿ ਮੈਂ ਸਭ ਕੁਝ ਦਾਤੇ ਲਗਾ ਦੂੰਗਾ ਮੈਨੂੰ ਪੁੱਤ ਦੇ ਕਤਲ ਦਾ ਇਨਸਾਫ ਚਾਹੀਦਾ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ ਸਰਕਾਰਾਂ ਦੀ ਬਾਹਰ ਬੜੀ ਮਿੱਟੀ ਭਲੀ ਤੋਰੀ ਹੈ ਅਜੇ ਹ ਵੀ ਬਾਪੂ ਬਲਕੌਰ ਸਿੰਘ ਦਾ ਕਹਿਣਾ ਹੈ ਔਰ ਜੇਕਰ ਗੋਲਦੀ ਬਰਾੜ ਦੀ ਸੱਚੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਭਾਰਤ ਲਿਜਾਇਆ ਜਾਏ ਔਰ ਮੈਂ ਆਪਣੀ ਸਾਰੀ ਜ਼ਿੰਦਗੀ ਪੁੱਤ ਦੇ ਇਨਸਾਫ ਨੇ ਲਿਖੇ ਲਗਾ ਦਿੱਤੀ ਐ ਮੇਰੇ ਪੁੱਤ ਨੇ ਬੁਲੰਦੀਆਂ ਛੂਈਆਂ ਪਰ ਆਖਿਰ ਕੌਣ ਸੀ ਉਹ ਲੋਕ ਜੋ ਉਸ ਦੀ ਇਹ ਬੁਲੰਦੀਆਂ ਨੂੰ ਦੇਖ ਕੇ ਖੁਸ਼ ਨਹੀਂ ਹੋ पाए ਜਿਨ੍ਹਾਂ ਦੀਆਂ ਨਜ਼ਰਾਂ ਲੱਗੀਆਂ ਔਰ ਮੇਰੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਬਾਪੂ ਬਲਕੌਰ ਸਿੰਘ ਦੇ ਬੇहद ਭਾਵੁਕ ਬੋਲ ਬਾਪੂ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਮੈਂ ਸਾਰੀ ਜ਼ਿੰਦਗੀ ਦਾਤੇ ਲਗਾ ਦਿੱਤੀ ਗੋਲਦੀ ਵਿਰਾਜ ਜਿੱਕਰ ਫੜਿਆ ਗਿਆ ਤਾਂ ਉਸ ਨੂੰ ਜਲਦ ਤੋਂ ਜਲਦ ਲੈ ਕੇ ਆਓ ਭਾਰਤ ਔਰ ਪੁੱਛਕਿਛ ਕਰੋ ਕਿ ਆਖਿਰ ਕਿਉਂ ਮੇਰੇ ਪੁੱਤ ਨੂੰ ਮੌਤ ਦੇ ਘਾਟ ਉਤਾਰਿਆ ਮੇਰੇ ਪੁੱਤ ਨੇ ਉਸ ਦਾ ਆਖਿਰ ਕੀ ਵਿਗਾੜਿਆ ਸੀ ਮਾਪਿਆਂ ਦੇ ਜਵਾਨ ਪੁੱਤ ਦਾ ਕਤਲ ਹੋਏ ਔਰ ਇਹ ਦਰਦ ਸਿਰਫ ਉਹ ਹੀ ਸਮਝ ਸਕਦਾ ਹੈ ਜਿਸ ਦਾ ਜਵਾਨ ਪੁੱਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਬਜ਼ੁਰਗ ਮਾਪਿਆਂ ਕੋਲ ਹੁਣ ਹੋਰ ਕੁਝ ਖੋਣ ਲਈ ਨਹੀਂ ਹੈ ਥਾਂ-ਥਾਂ ਤੇ ਜਾ ਕੇ ਗੁਹਾਰ ਲਗਾ ਰੇ ਨੇ ਜਿਹੜੇ ਵੀ ਸਿੱਧੂ ਦੇ ਚੌਣ ਵਾਲੇ ਨੇ ਉਸ ਤੇ ਮਾਤਾ ਪਿਤਾ ਨੂੰ ਹਰ ਐਤਵਾਰ ਮਿਲਦੇ ਨੇ ਔਰ ਬੀਤੇ ਦਿਨੀ ਦਲਬਾਰ ਸਭਖੇ ਨਤਮਸਤਕ ਹੋਣ ਬੋਲਦੇ ਨੇ ਬਾਪੂ ਬਲਕੌਰ ਸਿੰਘ ਔਰ ਉੱਥੇ ਵੀ ਬੇਬਸ ਪਿਤਾ ਦੇ ਭਾਵਕ ਬੋਲ ਨਜ਼ਰ ਆਉਂਦੇ ਨੇ ਅੱਖਾਂ ਦੇ ਵਿੱਚ ਹੰਝੂ ਨਜ਼ਰ ਆਉਂਦੇ ਨੇ ਦੁੱਖ ਘਟਾਇਆ ਨਹੀਂ ਜਾ ਸਕਦਾ ਇਹ ਦੁੱਖ ਭੁਲਾਇਆ ਨਹੀਂ ਜਾ ਸਕਦਾ ਔਰ ਇਹ ਦੁੱਖ ਹੋਈ ਸਮਝ ਸਕਦਾ ਹੈ ਜਿਸ ਨੇ ਇਹ ਬੀਤੀ ਹੋਏ ਤਾਂ बापू बलकौर सिंह ने कल भी क्या की मेरे तो जो ਲੈਣਾ ਲੱਲੋ ਮੈਂ 2 ਕਰੋੜ ਦਵਾਂਗਾ ਚਾਹੇ ਮੈਨੂੰ ਜ਼ਮੀਨ ਕਿਉਂ ਨਾ ਵੇਚਣੀ ਪਏ ਪਰ 골ਡੀ बराड़ ਨੂੰ ਵਾਪਸ ਜ਼ਰੂਰ ਲਿਆਉ ਇੱਥੇ ਲਿਆਉ ਉਸ ਨੂੰ ਔਰ ਪੂਰਾ ਪੁੱਛਗਿੱਛ ਕਰੋ ਕਿ ਆਖਿਰ ਉਸਨੇ ਅਜਿਹਾ ਕਿਉਂ ਕੀਤਾ ਮੇਰੇ ਜਵਾਨ ਪੁੱਤ ਨੂੰ ਮੇਰੇ ਕੋਲੋਂ ਕਿਉਂ ਖੋਇਆ ਤਾਂ ਜੀਨ ਦਾ ਕਾਰਨ ਸਿਰਫ ਸਿੱਧੂ ਸੀ ਔਰ ਅਜਿਹਾ ਮੇਰੇ ਨਾਲ ਕਿਉਂ ਹੋਇਆ ਦਾਪੂ ਬਲਕੌਰ ਸਿੰਘ ਦੇ ਇਹ ਬੋਲ ਹਰ ਇੱਕ ਨੂੰ ਕੱਲ ਭਾਵੁਕ ਕਰ ਗਏ ਔਰ ਅੱਜ ਵੀ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਪੁੱਤ ਦੇ ਕਤਲ ਦੇ ਇਨਸਾਫ ਦੇ ਲੇਖੇ ਲਗਾ ਦਿੱਤੀ ਤਾਂ ਮੈਂ ਸਰਕਾਰਾਂ ਨੂੰ ਏਜੰਸੀਆਂ ਨੂੰ ਅਪੀਲ ਕਰਦਾ ਕਿ ਜੇਕਰ ਗੋਲਡੀ ਬਰਾੜ ਸੱਚੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਹੋਇਆ ਤਾਂ ਸਰਕਾਰ ਜਲਦ ਤੋਂ ਜਲਦ ਅਹਿਮ ਕਦਮ ਚੱਕੇ ਸਤ ਕਦਮ ਚੱਕੇ ਜਾਣ ਔਰ ਗੋਲਡੀ ਬਰਾੜ ਨੂੰ ਭਾਰਤ ਨੇ ਹੋਂਦ ਦਿਆ ਤਿਆਰੀਆ ਕੀਤੀ ਜਾਲ ਲੋਰੈਂਸਔਰ ਗੋਲਡੀ ਨੂੰ ਅੰਮੋ ਸਾਹਮਣੇ ਬਿਠਾ ਕੇ ਪੁੱਛਗਿਛ ਹੋਏ ਔਰ ਅਸਲ ਕਾਰਨ ਪਤਾ ਲੱਗੇ ਕਿ ਮੇਰੇ ਜਵਾਨ ਪੁੱਤ ਨੂੰ ਆਖਿਰਨਾ ਨੇ ਮੌਤ ਦੇ ਘਾਟ ਕਿਉਂ ਉਤਾਰਿਆ ਤਾਂ ਬਾਪੂ ਬਲਕੌਰ ਸਿੰਘ ਦੇ ਤਿੱਖੇ ਪਰ ਬੇहद ਭਾਵੁਕ ਬੋਲ ਜਦੋਂ ਕਹਿ ਦਿੰਦੇ ਨੇ ਕਿ ਮੈਂ ਸਾਰੀ ਜ਼ਿੰਦਗੀ ਆਪਣੇ ਪੁੱਤ ਦੇ ਇਨਸਾਫ ਦੇ ਲੇਖੇ ਲਗਾ ਦਿੱਤੀ ਹੈ ਜਲਦ ਤੋਂ ਜਲਦ ਗੋਲਡੀ ਬਰਾੜ ਨੂੰ ਪੰਜਾਬ ਲਿਆਓ ਔਰ ਪੁੱਛਗਿੱਛ ਕਰੋ ਹਾਲਾਂਕਿ ਉਹਨਾਂ ਨੇ ਤਾਣੇ ਵੀ ਮਾਣੇ ਨੇ ਸਰਕਾਰ ਨੂੰ ਔਰ ਇਹ ਵੀ ਕਿਹਾ ਕਿ ਬਾਹਰ ਸਰਕਾਰ ਦੀ ਮਿੱਟੀ ਪਲੀਤ ਹੋ ਰਹੀ ਹੈ ਕਿ ਆਖਿਰ ਬਾਹਰ ਨੌਜਵਾਨ ਕਿਉਂ ਭਜ ਰਹੇ ਨੇ ਪੰਜਾਬ ਦੇ ਵਿੱਚ ੱਡਾ ਵੱਡਾ ਕਤਲ ਹੋਇਆ ਤਾਂ ਆਖਿਰ ਅਜੇਹਾ ਸਰਕਾਰ ਦੇ ਹੱਥ ਪੱਲੇ ਅਜੇ ਤਾਂ 골ਡੀ ਵਿਰਾਟ ਕਿਉਂ ਨਹੀਂ ਲੱਗਿਆ ਪਰ ਜੇਕਰ ਹੋਰ ਨੇ ਕੈਲੀਫੋਰਨੀਆ ਦੇ ਵਿੱਚੋਂ 골ਡੀ ਬਰਾੜ ਦੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਇਹ ਸੱਚੀ ਹੈ ਤਾਂ ਮੈਂ ਪਰਮਾਤਮਾ ਅੱਗੇ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਪਰਮਾਤਮਾ ਦੇ ਅੱਗੇ ਦੁਆ ਵੀ ਕਰਦਾ ਕਿ ਜਲਦ ਤੋਂ ਜਲਦ 골ਡੀ ਬਰਾੜ ਅੱਥੇ ਆਏ ਔਰ ਪੁੱਛਗਿੱਛ ਕੀਤੀ ਜਾਵੇ